ਸ਼ਰਾਬ ਤਸਕਰੀ ਦੇ ਸ਼ੱਕ ਦੇ ਚਲਦੇ ਸੰਗਰੂਰ ਵਿੱਚ ਇੱਕ ਦਲਿਤ ਨੌਜਵਾਨ ਨੂੰ ਅੱਧਮਰਾ ਕਰਕੇ ਸੁੱਟ ਜਾਣ ਵਾਲੇ ਚਾਰ ਸ਼ਰਾਬ ਠੇਕੇਦਾਰਾਂ ਅਤੇ ਕਰਿੰਦਿਆਂ ਤੇ ਪੁਲਿਸ ਵੱਲੋਂ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਆਰੋਪੀ ਹੁਣ ਤੱਕ ਪੁਲਿਸ ਗ੍ਰਿਫਤ ਵਿੱਚੋਂ ਬਾਹਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਜਲਦ ਫੜਨ ਦਾ ਸੰਗਰੂਰ ਪੁਲਿਸ ਦਾਅਵਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬਿੱਟੂ ਨਾਮਕ ਦਲਿਤ ਨੌਜਵਾਨ ਨੂੰ ਸ਼ਰਾਬ ਤਸਕਰੀ ਦੇ ਸ਼ੱਕ ਵਿੱਚ ਆਰੋਪੀ ਉਸ ਵੇਲੇ ਅਧਮਰਾ ਕਰਕੇ ਸੁੱਟ ਗਏ ਸਨ ਜਦ ਉਹ ਸਕੂਟਰ 'ਤੇ ਆਪਣੇ ਘਰ ਵਾਪਸ ਪਰਤ ਰਿਹਾ ਸੀ। ਬਿੱਟੂ ਸਾਨੂੰ ਬਲਵੀਰ ਚੰਦ ਵਾਸੀ ਡਾਕਟਰ ਅੰਬੇਦਕਰ ਨਗਰ ਸੰਗਰੂਰ ਜਿਹੜਾ ਉਹ ਸੱਟਾਂ ਲੱਗਣ ਕਰਕੇ ਸਿਵਲ ਹਸਪਤਾਲ ਸੰਗਰੂਰ ਦਾਖਲ ਹੋਇਆ ਸੀ, ਜਿਹਨੂੰ ਅੱਗੇ ਹਾਇਰ ਜਿਹੜਾ ਸੀਗਾ ਉੱਥੇ ਰੈਫਰ ਕਰ ਦਿੱਤਾ ਗਿਆ ਸੀਗਾ। ਉਹਦਾ ਅੱਜ ਬਿਆਨ ਲਿਖਿਆ ਗਿਆ, ਜਿਹਨੇ ਆਪਣੇ ਬਿਆਨ 'ਚ ਲਿਖਾਇਆ ਕਿ ਵੀ ਉਹਦੇ ਉੱਤੇ ਉਹਦੇ ਸਕੂਟਰ ਦੇ ਵਿੱਚ ਜਿਹੜਾ ਉਹ ਗੱਡੀ ਮਾਰੀ ਗਈ ਹੈ ਸ਼ਰਾਬ ਦੇ ਠੇਕਾ। ਉਹਨੇ ਚਾਰ ਬੰਦਿਆਂ ਦੇ ਖਿਲਾਫ਼ ਪਰਚਾ ਦਰਜ ਕਰਾਇਆ, ਚਾਰਾਂ ਬੰਦਿਆਂ ਦੇ ਖਿਲਾਫ਼ 307 IPC 'ਚ ਮੁਕੱਦਮਾ ਦਰਜ ਕਰ ਲਿਆ ਗਿਆ। ਇਹਦੇ ਸੰਬੰਧੀ FIR ਨੰਬਰ 366 ਅੰਡਰ ਸੈਕਸ਼ਨ 307 IPC ਦਰਜ ਕੀਤੀ ਗਈ। ਜਲਦੀ ਇਹਨੂੰ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹਨਾਂ ਦੇ ਨਾਂ ਨਿਕਨੇਮ ਲਿਖਾਏ ਨੇ ਉਹਨਾਂ ਨੇ, ਭੈਰੋਂ ਹੈ, ਇੱਕ ਲਹਿਰੀ ਹੈ, ਇੱਕ ਮਨੀਸ਼ ਹੈ, ਇੱਕ ਕੋਈ ਸ਼ਾਇਦ ਡਿੰਪਲ ਹੈ। ਵਜ੍ਹਾ ਉਹ ਕਹਿੰਦਾ ਵੀ ਇਹਨਾਂ ਨੂੰ ਇਹ ਸ਼ੱਕ ਸੀ ਕਿ ਮੈਂ ਸ਼ਰਾਬ ਦਾ ਕਾਰੋਬਾਰ ਕਰਨਾ, ਅਤੇ ਇਸੇ ਕਰਕੇ ਮੇਰੇ ਸਕੂਟਰ ਦਾ ਪਿੱਛਾ ਕਰ ਕੀਤਾ। ਇਹਦੇ 'ਚ ਉਹਨੇ ਲਿਖਾਇਆ ਕਰਿੰਦੇ ਪਲੱਸ ਠੇਕੇਦਾਰ। ਨਹੀਂ ਅਜੇ ਨਹੀਂ, ਅਜੇ ਤਾਂ ਹੁਣੇ FIR ਜਸਟ ਹੁਣੇ FIR ਦਰਜ ਹੋਈ ਹੈ, ਉਦੋਂ ਬਾਅਦ ਅੱਜ ਰੇਡ ਕਰਕੇ ਅਰੈਸਟ ਕਰੋ। ਸੰਗਰੂਰ ਤੋਂ ਅਨਿਲ ਜੈਨ, ਖਬਰ ਹਰਪਲ ਇੰਡੀਆ ਲਈ।